ਅਸਲਾਮੁਅਲੈਕੁਮ ਗਾਇਸ, ਅਸਲਾਮੁਅਲੈਕੁਮ ਜਨਾਬ। ਨਵਾਂ ਪੀਜ਼ਾ ਖੁੱਲ ਗਿਆ ਆਪਣੇ ਕਾਮੋਗੀ ਦੇ ਵਿੱਚ, ਮੈਨਿਊ ਤੇ ਨਾ ਜਾਇਆ ਜੇ, ਮੈਨਿਊ ਪੁਰਾਣਾ ਹੈ ਕਿਉਂਕਿ ਦੁਕਾਨ ਪੁਰਾਣੀ ਹੈ। ਇਹ ਦੇਖੋ ਇੱਕ ਬ੍ਰਾਂਚ, ਦੋ ਬ੍ਰਾਂਚ ਤੇ ਇਹ ਤੀਜੀ ਬ੍ਰਾਂਚ। ਅਸੀਂ ਕਰਨ ਲੱਗੇ ਸਾਂ ਆਰਡਰ, ਇਹ ਦੋ ਨੰਬਰ ਨੇ ਇਹਨਾਂ ਦੇ, ਠੀਕ ਹੈ। ਇਹ ਦੋ ਨੰਬਰਾਂ ਤੋਂ ਅਸੀਂ ਕਾਲ ਕਰਨੇ ਪਏ ਆ। ਅਦਰ ਦਿਨਾਂ ਉਹਦਾ ਨਾਜ਼ਰ ਕੀ ਰਿੰਗ ਟਿਊਨ ਇਹਨਾਂ ਨੇ ਲਾਈ ਹੈ। ਦੇਖੋ ਕਾਰੋਬਾਰ ਜਦੋਂ ਕਰਨੇ ਹੋਵਣ ਤੇ ਜਰਾ ਸੁਣਿਆ ਜੇ ਕੀ ਰਿੰਗ ਟਿਊਨ ਇਹਨਾਂ ਨੇ ਲਾਈ ਹੈ। ਇਹ ਗਲਤੀ ਕਰ ਬੈਠੇ ਆ ਕਿ ਆਰਡਰ ਕਰਕੇ, ਆ ਵੇਖੋ ਉਹ ਆਪ ਗਏ ਰਹੇ ਨੇ। ਦੱਸੋ ਯਾਰ ਕਿਹੜਾ ਕਸਾਰਾ ਕਰਾਉਂਦੇ ਨੇ ਸਾਡੇ ਕੋਲ, ਦੱਸੋ ਯਾਰ। ਫੋਨ ਵੀ ਚੁੱਕਦੇ ਪਏ ਆ ਗਏ। ਹੁਣ ਰਾਣਾ ਸਾਹਿਬ ਕਹਿ ਰਹੇ ਨੇ ਕਿ ਚਲਾਓ ਥੱਲੇ ਚੱਲੀਏ, ਥੱਲੇ ਚੱਲ ਕੇ ਉਹਨਾਂ ਨੂੰ ਆਰਡਰ ਕਰੀਏ। ਜਦੋਂ ਮੈਂ ਉੱਥੇ ਆਉਣ ਲੱਗਾ ਸਾਂ ਫਲੈਟ 'ਤੇ, ਮੈਂ ਉਦੋਂ ਆਖਿਆ ਸੀ ਕਿ ਬਾਈ ਆਓ ਪਹਿਲਾਂ ਆਰਡਰ ਕਰ ਜਾਈਏ ਅਤੇ ਫਿਰ ਉਸ ਤੋਂ ਬਾਅਦ ਜਿਹੜਾ ਨਾ ਅਸੀਂ ਉੱਪਰ ਜਾ ਕੇ ਆਰਾਮ ਨਾਲ ਬੈਠਦੇ ਹਾਂ। ਲੇਕਿਨ ਨਹੀਂ, ਰਾਣਾ ਸਾਹਿਬ ਨੇ ਕਿਹਾ ਨਹੀਂ ਜਨਾਬ, ਪਹਿਲੇ ਚੱਲੀਏ ਉੱਥੇ, ਉੱਥੋਂ ਫਿਰ ਜਾ ਕੇ ਆਰਡਰ ਕਰਨੇ ਆ ਕਿਉਂਕਿ ਮੈਨਿਊ ਆ ਚੁੱਕਿਆ ਵਾ। ਦੇਖੋ ਹੁਣ ਇੱਥੋਂ ਉੱਠ ਕੇ ਬੰਦਾ ਕਿੱਥੇ ਜਾਵੇ, ਬਾਹਰ ਗਰਮੀ ਇੰਨੀ ਜ਼ਿਆਦਾ। ਬਾਕੀ ਖੈਰ ਚਲੋ ਯਾਰ, ਹੁਣ ਜਾਣਾ ਤੇ ਪੈਣਾ ਹੀ ਹੈ। ਅਸੀਂ ਵੀ ਉੱਠਨੇ ਆ, ਚੱਲ ਕੇ ਦੇਖਦੇ ਹਾਂ ਕੀ ਸੀਨ ਹੈ, ਕਿਉਂਕਿ ਅੱਜ ਪਹਿਲਾ ਦਿਨ ਹੀ ਉਹਨਾਂ ਦਾ, ਓਪਨਿੰਗ ਵੀ ਤੁਹਾਨੂੰ ਵਿਖਾ ਦਿੰਦੇ ਹਾਂ। ਹਾਂਜੀ ਰਾਣਾ ਸਾਹਿਬ ਚਲਾਓ ਫਿਰ ਚੱਲੀਏ। ਯਾਰ ਏਸੀ ਚੱਲ ਰਿਹਾ ਯਾਰ, ਯੂਨਿਟ ਡਿੱਗ ਪੈਣਾ ਯਾਰ, ਬੰਦ ਕਰ ਦੇ। ਓਏ ਆ ਜਾ ਛੇਤੀ ਆ ਯਾਰ, ਰਾਣਾ ਪੀਜ਼ੇ ਦਾ ਆਰਡਰ ਦੇਣਾ, ਉੱਥੇ ਇੱਥੇ ਆ ਕੇ ਖਾਣਾ ਵਾ। ਆਹੋ ਨਹੀਂ ਨਹੀਂ ਚੱਲਦਾ ਰਹਿੰਦਾ, ਚੱਲਦਾ ਰਹਿੰਦੇ ਆ ਜਾ ਤੰਦੂਰੀ ਪੀਜ਼ਾ ਪਰ ਯਹਾਂ ਪਰ ਅੱਜ ਦੇ ਕਰਮ ਹਾਰੇ ਤੋ ਇੱਕ ਦਫਾ ਜ਼ੇਨ ਮੈਂ ਆ ਕੇ ਯਾਰ ਰਹਿਣੇ ਦਿੱਤੇ ਹੈ, ਲਗਤਾ ਹਮਸੇ ਕੋਈ ਗਲਤੀ ਹੋ ਗਈ ਹੈ ਕਿਉਂਕਿ ਯਹਾਂ ਪਰ ਇਸ ਤਰ੍ਹਾਂ ਰਾਸ਼ਤਾ ਜੈਸੇ ਕੋਈ ਚੀਜ਼ ਫ੍ਰੀ ਮੈਂ ਬਾਂਟ ਰਹਾ ਹੈ। ਆਪ ਜਿਤਨੀ ਮਰਜ਼ੀ ਵੀਡੀਓਜ਼ ਬਣਾ ਲੇ, ਆਪਕੋ ਫ੍ਰੀ ਪੀਜ਼ਾ ਉਹਨਾਂ ਬਿਲਕੁਲ ਨਹੀਂ ਖਿਲਾਨਾ। ਜ਼ੋਰ ਜ਼ੋਰ ਸੇ ਬੋਲ ਕੇ ਲੋਗੋ ਕੋ ਸਕੀਮੇ ਬਤਾ ਦੇ। ਇਹ ਦੇਖੋ ਇਹ ਮੋਲ ਲੱਗਾ ਹੋਇਆ ਸਰਾਬ ਇੱਥੇ। ਵਾਹ ਜੀ ਵਾਹ, ਕੀ ਵਾਹ ਕੀ ਵਾਹ। ਮੇਕਿੰਗ ਬਿਲਕੁਲ ਸਾਥ, ਇਨਕੀ ਪੈਕਿੰਗ ਚੱਲ ਰਹੀ ਥੀ ਔਰ ਯਾਰ ਇਨਕਾ ਪਹਿਲਾ ਦਿਨ ਥਾ ਅੱਜ ਯਹਾਂ ਪਰ, ਲੇਕਿਨ ਇਨਸੇ ਮੈਨੇਜਮੈਂਟ ਨਹੀਂ ਥੀ ਹੋ ਰਹੀ। ਉਸਕੀ ਵਜ੍ਹਾ ਯੇ ਹੈ ਕਿ ਇਨਕੋ ਪਤਾ ਹੀ ਨਹੀਂ ਥਾ, ਆਈਡੀਆ ਹੀ ਨਹੀਂ ਥਾ ਕਿ ਇਤਨਾ ਰਸ਼ ਹੋ ਜਾਏਗਾ ਯਹਾਂ ਪਰ। ਹਮਾਰੀ ਬਾਤ ਹੋਈ ਇਨਕੇ ਓਨਰ ਕੇ ਸਾਥ, ਓਨਰ ਵੀ ਯਹੀ ਬਤਾ ਰਹੇ ਥੇ ਕਿ ਦੇਖੇ ਮੈਂ ਖੁਦ ਯਹਾਂ ਪਰ ਖੜਾ ਹੂੰ, ਲੇਕਿਨ ਮੈਂ ਆਰਡਰ ਜੋ ਹੈ ਨਾ ਪੂਰੇ ਕੰਪਲੀਟ ਨਹੀਂ ਕਰ ਪਾ ਰਹਾ ਔਰ ਯਹੀ ਕੰਮ ਹੋ ਗਈ ਹੈ, ਬਸ ਜੋ ਚੀਜ਼ ਨਹੀਂ ਖੁੱਲੀ ਉਧਰ ਪਹੁੰਚ ਗਏ, ਹੱਲਾ ਬੋਲਦੇ ਆ ਯੇ ਦੇਖੇ ਯੇ ਓਨਰ ਬਤਾ ਰਹੇ ਥੇ ਕਿ ਮੈਂ ਖੁਦ ਓਨਰ ਹੂੰ ਔਰ ਯਹਾਂ ਪਰ ਕੰਮ ਕਰ ਰਹਾ ਹੂੰ। ਖੈਰ ਓਨਰ ਸਾਹਿਬ ਤੋਂ ਬੋਲ ਰਹੇ ਥੇ ਤੋ ਹਮੇ ਚਾਹੀਏ ਥਾ ਆਪਣਾ ਪੀਜ਼ਾ, ਹਮ ਆਪਣੇ ਪੀਜ਼ੇ ਕੇ ਲੀਏ ਤਰਦੁਦ ਕਰਨੇ ਲਗੇ ਔਰ ਤਕਦੋ ਕਰਨੇ ਲਗੇ। ਉਸੀ ਦੌਰਾਨ ਮੈਨੇ ਕਹਾ ਯਾਰ ਰਾਣਾ ਚੱਲ ਅੰਦਰ ਚਲਤੇ ਹੈ, ਅੰਦਰ ਚੱਲ ਕੇ ਇਨਕੋ ਆਰਡਰ ਦੇਤੇ ਹੈ ਔਰ ਫਿਰ ਹੀ ਹਮੇ ਪੀਜ਼ਾ ਮਿਲੇਗਾ, ਐਸੇ ਬਿਲਕੁਲ ਪੀਜ਼ਾ ਨਹੀਂ ਮਿਲਣਾ। ਕਾਊਂਟਰ ਪਰ ਆਇਆ ਤੋ ਹਮੇ ਯੇ ਸਨੀ ਭਾਈ ਮਿਲ ਗਏ ਜੋ ਹਮਾਰੇ ਬਹੁਤ ਹੀ ਪਿਆਰੇ ਭਾਈ ਹੈ। ਪੁੱਛੋ ਨਾ ਪੁੱਛੋ, ਭਾਈ ਬਾਹਰੋਂ ਨਿਕਲ ਆਏ ਨੇ ਜਨਾਬ, ਦੋਸਤੀ ਹੋ ਗਈ ਉਹਨਾਂ ਨੂੰ ਉੱਥੋਂ ਕਢਾ ਕੇ ਤੇ ਬਾਹਰ ਲੈ ਕੇ ਆਵਾਂ। ਗਾਇਜ਼ ਮਜ਼ਾਕੜਾ ਚੱਲ ਰਿਹਾ, ਗਾਇਜ਼ ਬਿਨ ਬੁਲਾਏ ਮਹਿਮਾਨ ਖੁਦ ਹੀ ਮੂੰਹ ਮਿੱਠਾ ਗਾਇਜ਼, ਕੋਈ ਇਨਵਾਈਟ ਨਹੀਂ ਕੀਤਾ ਗਾਇਜ਼, ਇਹ ਬੰਦਾ ਜੋ ਇਨਵਾਈਟ ਕੀਤਾ ਵਾ ਕੀ ਹੈ ਇਨਵਾਈਟ ਕੀਤਾ। ਇੱਕ ਚੁੱਕਣਾ ਚਾਹੀਏ, ਇੱਕ HFC ਤੇ ਲੱਗੇ ਹੋਏ ਸੀ, HFC ਤੇ ਲੱਗੇ ਹੋਏ ਸੀ ਇਹ ਭਾਈ, ਜਦੋਂ ਇੱਥੇ ਕੀ ਕਰਦੇ ਪਏ ਤੇ ਤੁਹਾਨੂੰ ਸ਼ਿਕਾਇਤ ਕਰਨੀ ਜਾ ਰਹੇ ਹੋ। ਗਾਇਜ਼ ਇਧਰ ਨਾਲੇ ਕੇ ਜੋ ਹੈ ਫੈਨ ਮਿਲ ਗਿਆ, ਮਾਸ਼ਾਅੱਲਾ।
गाइस ये है वो उमर जो हमेशा याद रहती है, बचपन में दोस्त पिज्जा खाने निकले हुए हैं। क्या बात है यार। हाँ साहब, कैसा फील कर रहे हैं आप? गाइस बहुत खुशी हो रही है। निके निके वो आपने कहावत सुनी है ना, मेरे निके निके यार मेनु ले गए बाजार। बाजार आए ने, हुन मैं पिज्जा खावांगा इना। गाइस एक और बंदा मिल गया हरस के, तलक वाला। तलक से है भाई दा काम चलना पड़ेगा यार। भाई व्लॉग बना रहे हो? भाई ने बहुत अच्छा सवाल किया। भाई व्लॉग बना रहे हो और असी इत्थे वच्छा ढाया? कालियां गेट हुए, पिज्जा लगवाया था वो जल गया था। अब इनको दोबारा बोला कि यार नया पिज्जा लगाएं, देखें वो भी पिज्जा आ गया है, निकाला। मैंने कहा पहले अच्छी तरह देख लो, टाइम पूरा होने से पहले इसको बाहर निकालो, इसका दीदार करो, कहीं ये जल तो नहीं गया। उसने फिर लड़के को बुलाया, उसने बाहर निकाला पिज्जा और देखा नहीं, अभी इसको थोड़ा सा और टाइम लगना था। थोड़ी देर दीदार करने के बाद इसको वापस भेज दिया। यार ये राणा नहीं मिल रहा मुझे कहीं पे, कहीं अंदर तो नहीं चला गया? ओ राणा ये आ, ओ राणा ऐसे ही करना पे है भाई। चेक करो एसी जेरा उत्ते छट गए हैं, इत्थे भी चेक करो भाई। है की सीन है यार गाइस, ले जी गाइस, तो फाइनली मिल गया है पिज्जा। बड़ा इंतजार किया यार, काफी इंतजार के बाद मिला है। अब जा रहे हैं ऊपर। राणा बुआ खोल दे राणा, हाय कूलिंग है अले भाई जान। एसी चला के जाने का एक तो फायदा हुआ है कि कमरा चिल हुआ है। चिल मैं कहता हूँ चिल, लेकिन लाइट के लिए अब आपको कम्प्रोमाइज़ करना पड़ेगा। हमारे पास जितनी लाइट्स होंगी हम वो ऑन करके आपको इंशाल्लाह रिव्यू लाजमी देंगे कि कैसा मजा है, क्या टेस्ट है। हे गाइस, सबसे पहले आ गया ये वाला डिब्बा। हाँ जी, डिब्बे के अंदर जो है ना पिज्जा है, कोई लड़कियों का सेट वगैरह नहीं है। राणा फाड़ यार, राणा जिहड़े कंबे लगे ना वो कम कर। हाए गाइस, पता कोई नहीं है क्या टेस्ट होना इसका क्या नहीं, लेकिन कैचअप आ गई है। हाए कैचअप इधर करो। राणा स्कलैन पिछता, क्या बात है राणा। एक खोल यार, सबसे पहले मैं खोलता हूँ। पाकिस्तानी, खैर इसको रखते हैं यहाँ पर। यार थोड़ी सी बस लगा के खानी है ना, रुको जरा बस रिव्यू तो दे लूँ ना पहले। ऐसे आपने पीस उठाना है एक, हाय हाय है, इसको करना है इसके अंदर डिप बड़े अच्छे तरीके से। उसके बाद कहना है बिस्मिल्लाहिर्रहमानिर्रहीम। गाइस नो डाउट अ न्यू एडिशन इन कामोगी, बट बेस्ट पिज्जा आई मस्ट से, इट इज अ गुड पिज्जा।
ले तो गाइस पिज्जा शिज़ा खत्म कर दिए हमने, फना कर दिए हमने पिज्जा। पिज्जे के साथ हम ऐसे पेश आए हैं जैसे कोई जंग पर काफरों के साथ पेश आता है। एनीवे मजा है यार, बड़ा अच्छा पिज्जा था, बिल्कुल अंदर तक पका हुआ था। ये नहीं था कि आग तेज है उनकी तो उसकी वजह से जो है ना पिज्जा जल गया हो, ऐसा बिल्कुल कोई सीन नहीं था। बड़ा मजा आया, बड़ा वीआईपी माहौल था। अभी हम पी रहे हैं जी नेक्स्ट कोला। कोक के साथ बाइकार्ड है अपना, कोक बिल्कुल इस्तेमाल कर रहे हैं, बाइकार्ड किया हुआ है कोक के साथ। तो ये चल रही है नेक्स्ट कोला। तो इसी के साथ मुझे दीजिए इजाजत। यार तुम चैनल क्यों नहीं सबसक्राइब करते सू दसो ना, तुम क्या नहीं चैनल सबसक्राइब करते? चैनल यार सब्सक्राइब करो और मौज मस्ती करो। इस तरह की व्लॉग इंशाल्लाह आपको मिलते रहेंगे। अल्लाह हाफिज़।